ਔਰ ਮੈਨੂੰ ਜਿਹੜੀ ਪ੍ਰੋਬਲਮ ਸੀ ਫਿਸਟੁਲਾ ਦੀ ਪ੍ਰੋਬਲਮ ਸੀ, ਇਸ ਤੋਂ ਪਹਿਲੇ ਮੈਂ ਘਰ ਦੇ ਵਿੱਚ ਘੱਟੋ ਘੱਟ 2 ਮੰਥ ਬੈੱਡ ਰੈਸਟ 'ਤੇ ਸੀ, ਮੇਰੀ ਹਾਲਤ ਬਹੁਤ ਜ਼ਿਆਦਾ ਖਰਾਬ ਸੀ। ਇੱਥੇ ਆਉਣ ਤੋਂ ਬਾਅਦ ਮੈਂ ਫਸਟ ਟਾਈਮ ਡਾਕਟਰ ਸੁਖਜੀਤ ਸਿੰਘ ਆਹਲੂਵਾਲੀਆ ਨੂੰ ਮਿਲਿਆ, ਮੇਰਾ ਓਪਰੇਟ ਹੋਇਆ। ਓਪਰੇਟ ਹੋਣ ਤੋਂ ਬਾਅਦ ਮੈਂ 3 ਦਿਨ ਦੇ ਵਿੱਚ ਪ੍ਰੋਪਰ ਬਿਲਕੁਲ ਸਹੀ ਹੋ ਗਿਆ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਂ ਰਾਕੇਸ਼ ਕੁਮਾਰ, ਮੈਂ ਮੁਕੇਰੀਆਂ ਤੋਂ ਰਹਿਣ ਵਾਲਾ ਹਾਂ। ਔਰ ਮੈਨੂੰ ਜਿਹੜੀ ਸਟਾਰ ਹੋਸਪਿਟਲ ਦੀ ਰੈਫਰੈਂਸ ਮਿਲੀ ਹੈ ਉਹ ਮਿਲੀ ਮੇਰੇ ਕਜ਼ਨ ਬ੍ਰਦਰ, ਔਰ ਉੱਥੇ ਆਉਣ ਤੋਂ ਬਾਅਦ ਮੈਂ ਫਸਟ ਟਾਈਮ ਡਾਕਟਰ ਸੁਖਜੀਤ ਸਿੰਘ ਆਹਲੂਵਾਲੀਆ ਨੂੰ ਮਿਲਿਆ, ਜਿਹਦੇ ਕਰਕੇ ਉਹਨਾਂ ਨੇ ਮੈਨੂੰ ਵਧੀਆ ਗਾਈਡ ਕੀਤਾ। ਔਰ ਮੈਨੂੰ ਜਿਹੜੀ ਪ੍ਰੋਬਲਮ ਸੀ ਫਿਸਟੁਲਾ ਦੀ ਪ੍ਰੋਬਲਮ ਸੀ, ਇਸ ਤੋਂ ਪਹਿਲੇ ਮੈਂ ਘਰ ਦੇ ਵਿੱਚ ਘੱਟੋ ਘੱਟ 2 ਮੰਥ ਬੈੱਡ ਰੈਸਟ 'ਤੇ ਸੀ, ਮੇਰੀ ਹਾਲਤ ਬਹੁਤ ਜ਼ਿਆਦਾ ਖਰਾਬ ਸੀ। ਇਹਨਾਂ ਤੋਂ ਆਉਣ ਤੋਂ ਬਾਅਦ ਮੈਂ ਮਿਲਿਆ, ਇਹਨਾਂ ਨੇ ਮੈਨੂੰ ਵਧੀਆ ਗਾਈਡ ਕੀਤਾ, ਮੇਰਾ ਓਪਰੇਟ ਹੋਇਆ। ਓਪਰੇਟ ਹੋਣ ਤੋਂ ਬਾਅਦ ਮੈਂ 3 ਦਿਨ ਦੇ ਵਿੱਚ ਮੈਂ ਮਤਲਬ ਕਿ ਮੇਰੀ ਮਾਰਕੀਟਿੰਗ ਜੋਬ ਹੈਗੀ ਆ, ਮਾਰਕੀਟਿੰਗ ਜੋਬ ਦੇ ਵਿੱਚ ਮੈਂ ਬਾਈਕ ਚਲਾਉਂਦਾ ਮੋਰਨਿੰਗ ਤੋਂ ਲੈ ਕੇ ਈਵਨਿੰਗ ਤੱਕ, ਘੱਟੋ ਘੱਟ 60-70 ਕਿਲੋਮੀਟਰ ਮੈਂ ਡੇਲੀ ਬਾਈਕ ਚਲਾਉਂਦਾ। ਅੱਜ ਦੇ ਟਾਈਮ 'ਤੇ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ, ਮੈਂ ਬਾਈਕ ਦਾ ਅਗਰ ਦੱਸਾਂ ਤਾਂ 5 ਦਿਨ ਤੋਂ ਬਾਅਦ ਮੈਂ ਬਾਈਕ ਚਲਾਉਣਾ ਵੀ ਸ਼ੁਰੂ ਕਰ ਦਿੱਤਾ ਸੀ। ਬਾਕੀ ਰਹੀ ਗੱਲ ਇੱਥੋਂ ਦੇ ਸਟਾਫ ਦੀ, ਸਟਾਫ ਬਿਲਕੁਲ ਕੇਅਰਫੁਲ ਸਟਾਫ ਹੈਗਾ, ਬਾਕੀ ਪੂਰੀ ਟੀਮ ਵੀ ਬਹੁਤ ਵਧੀਆ ਔਰ ਹੋਸਪਿਟਲ ਵੀ ਬਹੁਤ ਵਧੀਆ। ਮੈਂ ਕਹਿੰਦਾ ਕਿ ਇੱਕ ਵਾਰ ਕਿਸੇ ਨੂੰ ਵੀ ਕੋਈ ਪ੍ਰੋਬਲਮ ਹੈਗੀ ਇੱਥੇ ਆ ਕੇ ਜ਼ਰੂਰ ਵਿਜ਼ਿਟ ਕਰੋ।